ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਭੰਡਾਰੀ ਕਾਰ ਬਾਜ਼ਾਰ ਅੱਜ ਤੁਹਾਡੇ ਲਈ ਲੈ ਕੇ ਆ ਚੁੱਕਿਆ ਜੀ ਸਕਾਰਪੀਓ ਐਨ ਅਤੇ ਸਕਾਰਪੀਓ ਕਲਾਸਿਕ S11 ਦਾ ਸਟਾਕ ਜੀ। ਸੋ ਵੀਡੀਓ ਨਾਲ ਜੁੜੇ ਰਹੋ, ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਕਰ ਲਿਓ, ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ। ਲਓ ਜੀ ਮੇਰੇ ਵੀਰ ਭਰਾਵਾਂ ਦੀ ਔਨ ਡਿਮਾਂਡ 'ਤੇ ਲੈ ਕੇ ਆ ਗਏ ਹਾਂ ਜੀ ਸਕਾਰਪੀਓ ਕਲਾਸਿਕ S11 ਦਾ ਸਟਾਕ ਜੀ। ਸੋ ਅੱਜ ਤੁਹਾਨੂੰ ਦਿਖਾਉਂਦੇ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਦੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਖੜੀਆਂ ਆ ਜੀ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਕਰ ਦਿਓ ਲਾਈਕ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਸੋ ਕਰਦੇ ਹਾਂ ਵੀਡੀਓ ਸਟਾਰਟ ਜੀ। ਲਓ ਜੀ ਆਪਣੇ ਕੋਲ ਸਕਾਰਪੀਓ ਐਨ ਆ ਗਈ ਹੈ ਜੀ ਟੋਪ ਮਾਡਲ 'ਚ, Z8 Y ਮਾਡਲ ਆ ਜੀ। 11,000 ਗੱਡੀ ਚੱਲੀ ਹੋਈ ਹੈ ਜੀ। ਸੋ 23,10,000 ਇਹਦਾ ਰੇਟ ਲੱਗਾ ਜੀ। ਸੋ ਤੁਹਾਨੂੰ ਆਪਾਂ ਵਧੀਆ ਰੇਟ 'ਚ ਗੱਡੀ ਦੇ ਦਾਂਗੇ। ਬਾਕੀ ਆਟੋਮੈਟਿਕ ਕਾਰ ਆ ਜੀ ਇਹ, ਕੰਡੀਸ਼ਨ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਵਿੱਚੋਂ ਜੀ ਬਿਲਕੁਲ ਸਾਫ਼ ਕਾਰ ਆ ਜੀ। ਇਹ 'ਚ ਸਨਰੂਫ ਆ ਜਾਂਦਾ ਜੀ, ਸਭ ਤੋਂ ਟੋਪ ਵਾਲਾ ਮਾਡਲ ਆ ਜੀ। ਬਾਕੀ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਜੀ, 7-ਸੀਟਰ ਵਿੱਚ ਆ ਜਾਂਦੀ ਹੈ ਜੀ ਕਾਰ ਇਹ। ਸੋ ਬਾਕੀ ਇੱਕ ਵਾਰੀ ਗੱਡੀ ਦੀ ਬੈਕ ਲੁੱਕ ਚੈੱਕ ਕਰ ਲਓ ਜੀ। PB02 ਨੰਬਰ ਲੱਗਾ ਹੋਇਆ ਜੀ, EL6866। ਹੁਣ ਚੱਲਦੇ ਹਾਂ ਸਕਾਰਪੀਓ ਕਲਾਸਿਕ S11। ਲਓ ਜੀ ਆਪਣੇ ਕੋਲ ਅੱਗੇ ਆ ਗਈ ਹੈ ਸਕਾਰਪੀਓ ਕਲਾਸਿਕ S11 ਜੀ, ਬਲੈਕ ਕਲਰ 'ਚ। ਸੋ ਗੱਡੀ ਦੀ ਲੁੱਕ ਦੇਖ ਸਕਦੇ ਹੋ ਜੀ, ਲੁੱਕ ਤੁਹਾਡੇ ਸਾਹਮਣੇ ਆ ਜੀ। ਸੋ ਇਹ ਆ ਗਿਆ ਜੀ ਆਪਣੇ ਕੋਲੋਂ ਸਕਾਰਪੀਓ ਕਲਾਸਿਕ S11 22 ਮਾਡਲ ਜੀ, ਡੀਜ਼ਲ ਵਿੱਚ 18,240 ਕਿਲੋਮੀਟਰ ਗੱਡੀ ਚੱਲੀ ਆ ਜੀ। 19,60,000 ਇਹਦਾ ਰੇਟ ਲੱਗਾ ਜੀ। ਸੋ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਗੱਡੀ ਦੇ ਦਾਂਗੇ ਜੀ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾਉਂਦੇ ਹਾਂ ਜੀ, ਮੈਟ ਮੂਟ ਵਿੱਚ ਲੱਗੇ ਹੋਏ, ਸੀਟ ਕਵਰ ਚੜ੍ਹੇ ਹੋਏ ਆ ਜੀ। ਸੋ ਮੈਨੂਅਲ 'ਚ ਕਾਰ ਤੁਹਾਨੂੰ ਮਿਲ ਜੂਗੀ, ਸਕਰੀਨ ਸਕਰੂਨ ਸਾਰਾ ਕੁਛ ਵਿੱਚ ਆ ਜਾਂਦਾ ਜੀ ਇਹਦੇ। ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਵਿੱਚੋਂ ਦੇਖ ਸਕਦੇ ਹੋ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ, ਟਾਇਰ ਵੀ ਬਿਲਕੁਲ ਓਕੇ ਰਿਪੋਰਟ ਆ ਜੀ। ਸੋ ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ, ਸਕਾਰਪੀਓ ਕਲਾਸਿਕ S11 ਜੀ। ਸੋ PB08 ਲੁਧਿਆਣੇ ਦਾ ਨੰਬਰ ਲੱਗਾ ਹੋਇਆ ਜੀ ਇਹਨੂੰ। ਹੁਣ ਚੱਲਦੇ ਹਾਂ ਜੀ ਅਗਲੀ ਸਕਾਰਪੀਓ 'ਤੇ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਜੀ ਸਕਾਰਪੀਓ ਐਨ Z6 ਅਲੋਏ ਵੀਲਾਂ ਵਾਲੀ ਆ ਗਈ ਹੈ ਜੀ, ਬਲੈਕ ਕਲਰ ਦੇ ਵਿੱਚ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਅਲੋਏ ਵੀਲ ਦੇ ਸਕਦੇ ਹੋ ਜੀ, ਘੈਂਟ ਅਲੋਏ ਵੀਲ ਲੱਗੇ ਆ ਜੀ। ਸੋ ਇਹ ਆ ਗਿਆ ਜੀ ਆਪਣੇ ਕੋਲ 24 ਮਾਡਲ Z6 ਦੇ ਵਿੱਚ, 124 ਕਿਲੋਮੀਟਰ ਗੱਡੀ ਚੱਲੀ ਹੋਈ ਜੀ। 20,50,000 ਇਹਦਾ ਰੇਟ ਲੱਗਾ ਹੋਇਆ। ਬਾਕੀ ਅਲੋਏ ਟਾਇਰ ਇਹਨਾਂ ਤੁਹਾਨੂੰ ਮਿਲ ਜਾਣਗੇ ਜੀ, ਲੱਗੇ ਹੋਏ ਅਲੋਏ ਟਾਇਰ ਵਿੱਚ। ਬਾਕੀ ਇਹਦੇ ਵਿੱਚ ਸਨਰੂਫ ਆ ਜਾਂਦਾ ਜੀ, ਦੇਖ ਸਕਦੇ ਹੋ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਮਾਰ ਲਓ ਨਿਗਾਹ ਇੱਕ ਵਾਰੀ ਮੇਰੇ ਵੀਰ ਭਰਾ ਜਿਹੜੇ ਜਿਹੜੇ ਵੀ ਸਾਨੂੰ ਦੇਖ ਰਹੇ। ਸੋ ਇਹ ਮੈਨੂਅਲ ਦੇ ਵਿੱਚ ਕਾਰ ਆ ਗਈ ਹੈ ਜੀ, ਬਿਲਕੁਲ ਬ੍ਰੈਂਡ ਨਿਊ ਕਾਰ ਆ ਜੀ। ਵਿੱਚੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਤੁਸੀਂ ਜੀ। ਸੋ ਇਹਦੇ ਵਿੱਚ ਸਨਰੂਫ ਆ ਗਿਆ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ। ਸੋ ਬਾਕੀ ਤੁਹਾਨੂੰ ਬੈਕ ਤੋਂ ਵੀ ਗੱਡੀ ਦੀ ਲੁੱਕ ਦਿਖਾ ਦਿੰਦੇ ਹਾਂ ਜੀ। ਲਓ ਜੀ ਬੈਕ ਤੋਂ ਦੇਖ ਸਕਦੇ ਹੋ ਜੀ ਸਕਾਰਪੀਓ ਐਨ Z6। ਬਾਕੀ ਅਲੋਏ ਟਾਇਰ ਘੈਂਟ ਲੱਗੇ ਹੋਏ ਆ ਜੀ। ਸੋ ਅੱਗੇ ਆਪਣੇ ਕੋਲ ਆ ਗਈ ਹੈ ਜੀ ਸਕਾਰਪੀਓ ਕਲਾਸਿਕ S11। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਆ ਗਿਆ ਜੀ ਆਪਣੇ ਕੋਲ 22 ਮਾਡਲ। ਸੋ 26,947 ਕਿਲੋਮੀਟਰ ਗੱਡੀ ਚੱਲੀ ਹੈ ਜੀ।
19,50,000 ਦਾ ਰੇਟ ਲੱਗਾ ਜੀ। ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ ਵਿੱਚ ਦੇ ਦੇਵਾਂਗੇ ਗੱਡੀ। ਤੇ ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਚੈੱਕ ਕਰ ਲਓ ਇੱਕ ਵਾਰੀ, ਲੁੱਕ ਗੱਡੀ ਦੀ ਦੇਖ ਲਓ ਜੀ। ਬਾਕੀ ਤੁਹਾਨੂੰ ਵਿੱਚੋਂ ਇੱਕ ਵਾਰੀ ਦਿਖਾ ਦਿੰਦੇ ਹਾਂ, ਇਹਦੀ ਨਿਗਾਹ ਮਰਵਾ ਦਿੰਦੇ ਹਾਂ। ਲਓ ਜੀ, ਮੈਟ ਮੂਟ ਵਿੱਚ ਲੱਗੇ ਆ ਜੀ, ਸੀਟ ਕਵਰ ਚੜ੍ਹੇ ਆ। ਸੋ ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਸਕਰੀਨ ਸਕਰੂਨ ਵਿੱਚ ਲੱਗੀ ਹੈ ਜੀ। ਸੋ ਇਹ ਕੈਪਟਨ ਸੀਟਾਂ ਦੇ ਵਿੱਚ ਆ ਜਾਂਦੀ ਹੈ ਜੀ, ਸਕਾਰਪੀਓ ਕਲਾਸਿਕ S11 ਜੀ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ, ਬਿਲਕੁਲ ਜੈਨੂਅਨ ਟਾਇਰ ਹੈ ਜੀ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ, PB11 ਨੰਬਰ ਲੱਗਾ ਹੋਇਆ ਜੀ, 7731 ਨੰਬਰ ਵੀ ਸੋਹਣਾ ਲੱਗਾ ਹੋਇਆ ਜੀ ਗੱਡੀ ਨੂੰ। ਲਓ ਜੀ, ਅੱਗੇ ਆਪਣੇ ਕੋਲ ਫੇਰ ਆ ਗਈ ਹੈ ਜੀ, ਬਲੈਕ ਕਲਰ ਵਿੱਚ ਕਲਾਸਿਕ S11 24 ਮਾਡਲ ਆ ਗਿਆ ਜੀ। 0 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ, ਮਤਲਬ ਬ੍ਰੈਂਡ ਨਿਊ ਕਾਰ ਖੜੀ ਹੈ ਬਿਲਕੁਲ ਸਾਡੇ ਤੋਂ 0 ਕਿਲੋਮੀਟਰ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਬਾਕੀ ਸਲਿੱਪ ਦੇਖ ਸਕਦੇ ਹੋ ਜੀ, 24 ਮਾਡਲ 0 ਕਿਲੋਮੀਟਰ 21,25,000 ਦਾ ਰੇਟ ਲੱਗਾ ਹੋਇਆ ਜੀ। ਇਹ ਵੀ ਤੁਹਾਨੂੰ ਆਪਾਂ ਗੱਡੀ ਵਧੀਆ ਰੇਟ 'ਤੇ ਦੇ ਦੇਵਾਂਗੇ ਡਿਸਕਾਊਂਟ ਕਰਕੇ। ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਵਿੱਚੋਂ ਜੀ, ਮੈਟ ਮੂਟ ਲੱਗੇ ਹੋਏ ਜੀ ਵਿੱਚ ਦੇਖ ਸਕਦੇ ਹੋ। ਬਾਕੀ ਸੀਟਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਸਕਰੀਨ ਸਕਰੂਨ ਸਾਰਾ ਕੁਝ ਵਿੱਚ ਆ ਜਾਂਦਾ ਜੀ। ਸੋ ਇਹ ਵੀ ਕੈਪਟਨ ਸੀਟਾਂ 'ਚ ਆ ਗਈ ਹੈ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਲਓ ਜੀ। ਬਾਕੀ ਬੈਕ ਲੁੱਕ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਜੀ, PB05 ਨੰਬਰ ਲੱਗਾ ਹੋਇਆ ਜੀ, 2754। ਸੋ ਅੱਗੇ ਆਪਣੇ ਕੋਲ ਆ ਗਈ ਹੈ ਜੀ, ਸਕਾਰਪੀਓ ਕਲਾਸਿਕ S20 ਮਾਡਲ ਆ ਗਿਆ ਜੀ ਆਪਣੇ ਕੋਲ। ਸੋ ਇਹ ਹੈਗਾ ਜੀ 24 ਮਾਡਲ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਅਲਾਏ ਟਾਇਰ ਗੱਡੀ ਨੂੰ ਲੱਗੇ ਹੋਏ ਆ ਜੀ, ਬਾਕੀ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ। ਸੋ ਇਹ 24 ਮਾਡਲ ਆ ਗਿਆ ਜੀ, 214 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ। ਬਾਕੀ ਸਲਿੱਪ ਤੁਹਾਨੂੰ ਦਿਖਾ ਦਿੰਦੇ ਹਾਂ ਜੀ, 17,50,000 ਦਾ ਰੇਟ ਲੱਗਾ ਜੀ। ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦੇਵਾਂਗੇ ਜੀ। ਉਹ ਲਾਏ ਟਾਇਰ ਅਤੇ ਇਹਦੇ ਵਿੱਚ ਸਕਰੀਨ ਲੱਗੀ ਹੋਈ ਹੈ ਜੀ। ਸੋ ਇਹ 20 ਮਾਡਲ ਆ ਗਿਆ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਵਿੱਚੋਂ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜਿਹੜੇ ਵੀ ਆਪਾਂ ਨੂੰ ਦੇਖ ਰਹੇ ਆ ਵੀਡੀਓ ਨੂੰ। ਚਲਦੀ ਚਲਦੀ ਨੂੰ ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ ਅਤੇ ਜ਼ਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੁੰਦੇ ਆ ਜੀ। ਸੋ ਇਹ ਦੂਸਰੀਆਂ ਸੀਟਾਂ ਵਾਲੀ ਆ ਗਈ ਹੈ ਜੀ, ਇਹਦੇ ਵਿੱਚ ਕੈਪਟਨ ਸੀਟਾਂ ਨਹੀਂ ਆ ਜੀ, ਇਹਦੇ ਵਿੱਚ ਫੋਲਡਿੰਗ ਵਾਲੀਆਂ ਸੀਟਾਂ ਜੀ, ਪਿੱਛੇ ਦੇਖ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ। ਸੋ ਹੁਣ ਚੱਲਦੇ ਹਾਂ ਜੀ ਅਗਲੀ ਕਾਰਾਂ 'ਤੇ ਆਪਾਂ। ਅੱਗੇ ਤੁਹਾਨੂੰ ਵਾਈਟ ਕਲਰ ਵਿੱਚ ਵੀ ਆਪਣੇ ਕੋਲ ਸਕਾਰਪੀਓ ਖੜੀਆਂ ਹੋਈਆਂ ਜੀ, ਸੋ ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਨਿਗਾਹ ਮਰਵਾ ਦਿੰਦੇ ਹਾਂ ਜੀ। ਲਓ ਜੀ, ਅਲਾਏ ਵੀ ਲੱਗੇ ਆ ਗੱਡੀ ਨੂੰ, ਇਹ ਆ ਗਈ ਹੈ ਜੀ ਆਪਣੇ ਕੋਲ 18 ਮਾਡਲ ਸਕਾਰਪੀਓ S7। 60,000 ਗੱਡੀ ਚੱਲੀ ਹੋਈ ਹੈ ਜੀ, 1770 ਦਾ ਰੇਟ ਲੱਗਾ, ਇਹ ਵੀ ਤੁਹਾਨੂੰ ਵਧੀਆ ਰੇਟ ਵਿੱਚ ਗੱਡੀ ਦੇ ਦਾਂਗੇ। ਅਲਾਏ ਟਾਇਰ ਲੱਗੇ ਆ ਜੀ, ਕਰੋਮ ਲੱਗੀ ਹੈ ਜੀ, ਸੀਟ ਕਵਰ ਚੜ੍ਹੇ ਆ ਜੀ, ਸਕਰੀਨ ਲੱਗੀ ਇਹਦੇ ਵਿੱਚ, ਬਾਕੀ ਐਂਪ ਬੂਫਰ ਪੇਡ ਨੰਬਰ ਲੱਗਾ ਹੋਇਆ ਜੀ। ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ। ਬਿਲਕੁਲ ਸਾਫ਼ ਕਾਰ ਆ ਜੀ ਵਿੱਚੋਂ। ਬਾਕੀ ਟਾਇਰ ਦੇਖ ਲਓ ਜੀ, ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ। ਸੋ ਬਾਕੀ ਬੈਗ ਤੋਂ ਲੁੱਕ ਦੇਖ ਲਓ ਜੀ, PB11 ਨੰਬਰ ਲੱਗਾ ਹੋਇਆ ਜੀ, ਪੇਡ ਨੰਬਰ 0500 ਨੰਬਰ ਲੱਗਾ ਹੋਇਆ ਜੀ। ਲੋਗੋ ਜ਼ਰੂਰ S11 ਦਾ ਲੱਗਾ, ਪਰ S7 ਆ ਜੀ ਇਹ, ਲੋਗੋ S11 ਦਾ ਲਾਇਆ ਹੋਇਆ ਆ। ਸੋ ਚੱਲਦੇ ਹਾਂ ਹੁਣ।
ਲਓ ਜੀ ਅੱਗੇ ਆ ਗਏ ਹਾਂ ਜੀ ਆਪਾਂ। ਇਹ ਵੀ ਅਲਾਏ ਵੀਲਾਂ ਵਾਲੀ ਆਪਣੇ ਕੋਲ ਖੜੀ ਹੋਈ ਹੈ ਜੀ, ਵਾਈਟ ਕਲਰ ਵਿੱਚ ਕਾਰ। ਸੋ ਇਹ ਆ ਗਈ ਹੈ ਜੀ ਸਕਾਰਪੀਓ ਕਲਾਸਿਕ S11 22 ਮਾਡਲ ਜੀ। ਬਾਕੀ ਸਲਿੱਪ ਦੇਖ ਲਓ ਜੀ, 1753 ਕਿਲੋਮੀਟਰ ਗੱਡੀ ਚੱਲੀ ਹੈ ਜੀ, 20,20,000 ਦੀ। ਅਤੇ ਬਾਕੀ ਇਹਨੂੰ ਵੀ ਅਲਾਏ ਟਾਇਰ ਲੱਗੇ ਹੋਏ ਆ ਜੀ। ਬਾਕੀ ਗੱਡੀ ਦੀ ਇੱਕ ਵਾਰੀ ਲੁੱਕ ਚੈੱਕ ਕਰ ਲਓ ਜੀ ਮੇਰੇ ਵੀਰ ਭਰਾ, ਨਿਗਾਹ ਮਾਰ ਲਓ ਜੀ, ਬਾਕੀ ਅਲਾਏ ਟਾਇਰਾਂ ਵੱਲ ਨਿਗਾਹ ਮਾਰ ਲਓ ਜੀ। ਬਾਕੀ ਗੱਡੀ ਦੀ ਕੰਡੀਸ਼ਨ ਪਿੱਛੋਂ ਦਿਖਾ ਦਿੰਦੇ ਹਾਂ ਜੀ ਤੁਹਾਨੂੰ। ਲਓ ਜੀ, ਮੈਟ ਮੂਟ ਵਿੱਚ ਲੱਗੇ ਹੋਏ ਆ, ਸੀਟਾਂ ਸੂਟਾਂ ਬਿਲਕੁਲ ਓਕੇ ਆ ਜੀ। ਸੋ ਸਕਰੀਨ ਸਕਰੂਨ ਵਿੱਚ ਲੱਗੀ ਹੋਈ ਆ ਜੀ। ਸੋ ਇਹਦੇ ਵਿੱਚ ਜੀ ਕੈਪਟਨ ਸੀਟਾਂ ਵਾਲੀ ਕਾਰ ਆ ਜੀ, ਇਹ ਦੇਖ ਸਕਦੇ ਹੋ ਪਿੱਛੇ, ਨਿਗਾਹ ਮਾਰ ਲਓ ਮੇਰੇ ਵੀਰ ਭਰਾ ਜੀ। ਸੋ ਵਿੱਚੋਂ ਐਨ ਨੀਟ ਐਂਡ ਕਲੀਨ ਕਾਰ ਆ ਜੀ, ਸਾਫ਼ ਕਾਰ ਆ। ਬਾਕੀ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ, ਬਾਕੀ ਬੈਕ ਲੁੱਕ ਵੀ ਇੱਕ ਵਾਰੀ ਦਿਖਾ ਦਿੰਦੇ ਹਾਂ ਜੀ। ਲਓ ਜੀ, ਬੈਕ ਤੋਂ ਚੈੱਕ ਕਰ ਲਓ ਜੀ, PB27 ਨੰਬਰ ਲੱਗਾ ਹੋਇਆ ਜੀ, 6807। ਸੋ ਸਕਾਰਪੀਓ ਕਲਾਸਿਕ S11 ਆ ਜੀ। ਹੁਣ ਚੱਲਦੇ ਹਾਂ ਅਗਲੀ ਸਕਾਰਪੀਓ 'ਤੇ ਜੀ। ਲਓ ਜੀ, ਅੱਗੇ ਆਪਣੇ ਕੋਲ ਆ ਗਈ ਹੈ ਜੀ ਸਕਾਰਪੀਓ S9 ਆ ਗਈ ਹੈ ਜੀ ਆਪਣੇ ਕੋਲੋਂ, ਦੇਖ ਸਕਦੇ ਹੋ ਜੀ ਲਾਈਵ ਵੀ ਇਹਨੂੰ ਪਏ ਹੋਏ ਆ ਜੀ। ਸੋ ਇਹਦੀ ਰੇਟ ਲਿਸਟ ਤੁਹਾਡੇ ਸਾਹਮਣੇ ਆ ਜੀ, 22 ਮਾਡਲ ਹੈ, 21,000 ਗੱਡੀ ਚੱਲੀ, 1835 ਇਹਦਾ ਰੇਟ ਲੱਗਾ ਹੋਇਆ ਜੀ। ਸੋ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ ਵਿੱਚ ਦੇ ਦੇਵਾਂਗੇ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਚੈੱਕ ਕਰ ਲਓ ਮੇਰੇ ਵੀਰ ਭਰਾ, ਇੱਕ ਵਾਰੀ ਨਿਗਾਹ ਮਾਰ ਲਓ ਜੀ। ਤੁਹਾਨੂੰ ਵਿੱਚੋਂ ਵੀ ਗੱਡੀ ਦੀ ਕੰਡੀਸ਼ਨ ਦਿਖਾ ਦਿੰਦੇ ਹਾਂ ਜੀ। ਸੋ ਇਹਦੇ ਵਿੱਚ ਜਿਹੜੀ ਐਕਸਟਰਾ ਅਸੈਸਰੀ ਲੱਗੀ ਹੈ ਜੀ, ਉਹ ਦੇਖ ਸਕਦੇ ਹੋ, 20 ਇੰਚੀ ਅਲਾਏ ਲੱਗੇ ਆ ਜੀ, ਸੀਟ ਕਵਰ ਚੜ੍ਹੇ ਆ, 7D ਮੈਟ, ਆ ਡੋਰ ਵਾਈਜ਼ਰ ਆ ਗਏ ਆ ਜੀ, ਇਹਦੇ ਵਿੱਚ ਡੋਰ ਵਾਈਜ਼ਰ ਲੱਗੇ ਹੋਏ ਆ ਜੀ, ਐਂਡਰੋਇਡ ਪਲੇਅਰ ਲੱਗਾ ਹੋਇਆ ਜੀ, ਉਹ ਵੀ ਤੁਸੀਂ ਦੇਖ ਸਕਦੇ ਹੋ ਜੀ, ਕੈਮਰਾ ਲੱਗਾ ਹੋਇਆ ਜੀ। ਸੋ ਇਹ ਇਹਦੇ ਵਿੱਚ ਐਕਸਟਰਾ ਅਸੈਸਰੀ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਇੱਕ ਵਾਰੀ ਦੇਖ ਲਓ ਜੀ, ਮੈਟ ਮੂਟ ਸਭ ਕੁਛ ਓਕੇ ਆ ਜੀ, ਸੀਟ ਕਵਰ ਵਗੈਰਾ, ਸਕਰੀਨ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਮੇਰੇ ਵੀਰ ਭਰਾ। ਲਓ ਜੀ, ਮਾਰੋ ਨਿਗਾ। ਬਾਕੀ ਅਲਾਏ ਟਾਇਰ ਦੇਖ ਲਓ ਜੀ ਇੱਕ ਵਾਰ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ, PB26 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ, 1426 PB26 1426 ਘੈਂਟ ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਬਾਕੀ ਚੱਲਦੇ ਹਾਂ ਅਗਲੀ ਸਕਾਰਪੀਓ ਵਾਲੇ ਜੀ। ਲਓ ਜੀ, ਕਰੋ ਗੱਡੀ ਦੀ ਲੁੱਕ ਚੈੱਕ। ਸੋ ਇਹ ਆ ਗਈ ਆਪਣੇ ਕੋਲ ਜੀ 23 ਮਾਡਲ। ਸੋ 14,000 ਗੱਡੀ ਚੱਲੀ ਹੋਈ ਹੈ ਜੀ, 20,50,000 ਇਹਦਾ ਰੇਟ ਹੈ ਜੀ। ਇਹ ਕਲਾਸਿਕ S11 ਆ ਗਈ ਹੈ ਜੀ। ਸੋ ਬਾਕੀ ਇਹਦੀ ਲੁੱਕ ਦੇਖ ਸਕਦੇ ਹੋ ਕਾਰ ਦੀ ਜੀ, ਵਾਈਟ ਕਲਰ ਵਿੱਚ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਸੋ ਇਹਨੂੰ ਵੀ ਡੋਰ ਵਾਈਜ਼ਰ ਲੱਗੇ ਆ ਜੀ। ਲਓ ਜੀ, ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਜੀ, ਮੈਟ ਮੂਟ ਸੀਟਾਂ ਸਾਰਾ ਕੁਛ ਬਿਲਕੁਲ ਜੈਨੂਨ ਓਕੇ ਹੈ ਜੀ, ਓਕੇ ਰਿਪੋਰਟ ਹੈ ਗੱਡੀ, ਸਕਰੀਨ ਵਿੱਚ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਦੇਖ ਲਓ ਜੀ, ਇਹ ਵੀ ਕੈਪਟਨ ਸੀਟਾਂ ਵਿੱਚ ਆ ਜਾਂਦੀ ਹੈ ਜੀ ਗੱਡੀ, ਦੇਖ ਲਓ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਸੋ ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਇੱਕ ਵਾਰੀ ਦੇਖ ਲਓ ਜੀ, ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਬਾਕੀ ਬੈਕ ਤੋਂ ਲੁੱਕ ਦੇਖ ਲਓ ਜੀ, PB31 7788 ਨੰਬਰ ਲੱਗਾ ਹੋਇਆ ਜੀ ਗੱਡੀ ਨੂੰ। ਸੋ ਅੱਗੇ ਆਪਣੇ ਕੋਲ ਆ ਗਈ ਹੈ ਜੀ ਬਲੈਕ ਕਲਰ 'ਚ ਸਕਾਰਪੀਓ ਕਲਾਸਿਕ S11 24 ਮਾਡਲ ਆ ਗਿਆ ਜੀ,
112 ਕਿਲੋਮੀਟਰ ਸਿਰਫ ਗੱਡੀ ਚੱਲੀ ਹੋਈ ਹੈ ਜੀ। ਅਲਾਏ ਟਾਇਰ ਇਹਨੂੰ ਲੱਗੇ ਹੋਏ ਆ, ਬਾਕੀ ਅਲਾਏ ਟਾਇਰ ਤੁਸੀਂ ਦੇਖ ਲਓ ਜੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਸੋ ਇਹਦੀ ਵੀ ਤੁਹਾਨੂੰ ਸਲਿੱਪ ਦਿਖਾ ਰਹੇ ਹਾਂ ਜੀ ਅਸੀਂ, ਬਾਕੀ ਸਕਰੀਨਸ਼ੋਟ ਲੈ ਲਓ ਜੀ। 21,15,000 ਇਹਦਾ ਰੇਟ ਲੱਗਾ ਜੀ, ਬਾਕੀ ਗੱਡੀ ਵਿੱਚੋਂ ਦੇਖ ਲਓ ਜੀ ਇੱਕ ਵਾਰੀ, ਨਿਗਾਹ ਮਾਰ ਲਓ ਮੇਰੇ ਵੀਰ ਭਰਾ, ਬਿਲਕੁਲ ਸਾਫ਼ ਕਾਰ ਆ ਜੀ, ਅੰਦਰੋਂ ਦੇਖ ਸਕਦੇ ਹੋ ਜੀ। ਸੋ ਇਹਦੇ ਵਿੱਚ ਵੀ ਕੈਪਟਨ ਕੀਤਾ ਆ ਜਾਂਦੀਆਂ ਜੀ। ਬਾਕੀ ਬੈਕ ਤੋਂ ਇੱਕ ਵਾਰੀ ਗੱਡੀ ਦੀ ਲੁੱਕ ਤੁਹਾਨੂੰ ਦਿਖਾ ਦਿੰਦੀ ਹਾਂ ਜੀ। ਲਓ ਜੀ ਬੈਕ ਤੋਂ ਲੁੱਕ ਚੈੱਕ ਕਰ ਲਓ, PB05 ਨੰਬਰ ਲੱਗਾ ਹੈ ਜੀ, 2699 ਦੇਖ ਸਕਦੇ ਹੋ ਜੀ। ਸੋ ਆਪਣੇ ਕੋਲ ਵਾਈਟ ਕਲਰ ਵਿੱਚ ਆ ਸਾਰੀਆਂ ਖੜੀਆਂ ਹੋਈਆਂ ਜੀ, ਸਕਾਰਪੀਓ ਦੇਖ ਸਕਦੇ ਹੋ, ਤੁਹਾਨੂੰ ਦਿਖਾ ਹੀ ਦਿੱਤੀਆਂ ਮੈਂ। ਬਾਕੀ ਬਲੈਕ ਕਲਰ ਵਿੱਚ ਵੀ ਆਪਣੇ ਕੋਲ ਲੱਗੀਆਂ ਹੋਈਆਂ ਜੀ। ਸੋ ਮੇਰੇ ਵੀਰ ਭਰਾ ਬਲੈਕ ਕਲਰ ਦੀ ਬਹੁਤ ਡਿਮਾਂਡ ਕਰਦੇ, ਬਲੈਕ ਕਲਰ ਵਿੱਚ ਵੀ ਆਪਣੇ ਕੋਲ ਲੱਗੀਆਂ ਹੋਈਆਂ ਜੀ, ਦੇਖ ਸਕਦੇ ਹੋ। ਲਓ ਜੀ ਅੱਗੇ ਆਪਣੇ ਕੋਲ ਆ ਗਿਆ ਜੀ ਬੇਸ ਮਾਡਲ Z2 ਵਾਈਟ ਕਲਰ ਵਿੱਚ, ਇਹ ਵੀ ਤੁਸੀਂ ਦੇਖ ਸਕਦੇ ਹੋ ਜੀ, ਅਲਾਏ ਵੀ ਲੱਗੇ ਹੋ ਗੱਡੀ ਨੂੰ। ਸੋ ਇਹ ਆ ਗਿਆ ਜੀ ਆਪਣੇ ਕੋਲ 24 ਮਾਡਲ, ਬਾਕੀ ਸਲਿੱਪ ਤੁਹਾਨੂੰ ਦਿਖਾ ਦਿੰਦੇ। 24 ਮਾਡਲ ਆ ਗਿਆ ਜੀ, 80 ਕਿਲੋਮੀਟਰ ਗੱਡੀ ਚੱਲੀ ਹੋਈ ਜੀ, 1750 ਇਹਦਾ ਰੇਟ ਲੱਗਾ। ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ ਵਿੱਚ ਗੱਡੀ ਦੇ ਦੇਵਾਂਗੇ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ, ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਵਿੱਚੋਂ ਗੱਡੀ ਦੀ ਕੰਡੀਸ਼ਨ ਜੀ। ਸੋ ਇਹ ਬੇਸ ਮਾਡਲ ਆ ਗਿਆ ਜੀ, ਦੇਖ ਸਕਦੇ ਹੋ ਇਹਦੇ ਵਿੱਚ ਅਲਾਏ ਟਾਇਰ, ਫਰੰਟ ਗ੍ਰਿਲ, ਡੋਰ ਵਾਈਜ਼ਰ, ਬੈਕ ਕੈਮਰਾ, ਸਾਰਾ ਕੁਛ ਇਹਦੇ ਵਿੱਚ ਲੱਗਾ ਹੋਇਆ ਜੀ। ਬਾਕੀ ਗੱਡੀ ਦੀ ਕੰਡੀਸ਼ਨ ਤਾਂ ਤੁਸੀਂ ਵਿੱਚੋਂ ਦੇਖ ਹੀ ਰਹੇ ਹੋ ਜੀ। ਲਓ ਜੀ ਕਰੋ ਇੱਕ ਵਾਰੀ, ਇਹ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ। ਹੁਣ ਦਿਖਾਉਂਦੇ ਹਾਂ ਤੁਹਾਨੂੰ, ਵਾਈਟ ਕਲਰ ਵਿੱਚ ਅੱਗੇ ਖੜੀ ਹੈ ਜੀ ਆਪਣੇ ਕੋਲ Z6, ਅੱਗੇ ਆਪਣੇ ਕੋਲ Z6 ਆ ਗਈ ਹੈ ਜੀ, 24 ਮਾਡਲ। ਬਾਕੀ ਦੇਖ ਸਕਦੇ ਹੋ ਜੀ ਗੱਡੀ ਕੰਡੀਸ਼ਨ ਚੈੱਕ ਕਰ ਲਓ ਜੀ ਗੱਡੀ ਦੀ, ਕੰਪਨੀ ਵਾਲੇ ਟਾਇਰ ਹੈ ਜੀ ਨਾਲ ਜਿਹੜੇ ਆਉਂਦੇ ਆ ਗੱਡੀ ਨੂੰ। ਸੋ ਇਹ ਆ ਗਿਆ ਜੀ ਆਪਣੇ ਕੋਲ 24 ਮਾਡਲ, 165 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ, 20 ਲੱਖ ਇਹਦਾ ਰੇਟ ਲੱਗਾ ਹੋਇਆ ਜੀ ਪੂਰਾ, ਬਾਕੀ ਦੇਖ ਸਕਦੇ ਹੋ ਜੀ। ਫਿਰ ਵੀ ਤੁਹਾਨੂੰ ਆਪਾਂ ਵਧੀਆ ਰੇਟ ਵਿੱਚ ਗੱਡੀ ਦੇ ਦਾਂਗੇ, ਇਹਦੇ ਵਿੱਚ ਸਨਰੂਫ ਆ ਜਾਂਦਾ ਜੀ, ਨਿਗਾ ਮਾਰ ਸਕਦੇ ਹੋ ਮੇਰੇ ਵੀਰ ਭਰਾ। ਸੋ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚੋਂ ਦਿਖਾ ਦਿੰਦੇ ਹਾਂ ਜੀ। ਲਓ ਜੀ ਵਿੱਚੋਂ ਇੱਕ ਵਾਰੀ ਚੈੱਕ ਕਰ ਲਓ ਜੀ, ਮੈਟ ਮੂਟ ਸਭ ਕੁਛ ਲੱਗੇ ਹੋਏ ਆ ਜੀ ਵਿੱਚ। ਸੋ ਇਹ ਵੀ ਤੁਹਾਨੂੰ ਮੈਨੂਅਲ ਦੇ ਵਿੱਚ ਕਾਰ ਮਿਲ ਜੂਗੀ ਜੀ, ਫਿਰ ਵਿੱਚ ਸਨਰੂਫ ਆ ਗਿਆ ਹੈ ਜੀ, ਸਕਰੀਨ ਸਕਰੂਨ ਸਾਰਾ ਕੁਛ ਲੱਗਾ ਹੋਇਆ ਜੀ ਵਿੱਚ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਤੁਹਾਨੂੰ ਦਿਖਾ ਰਹੇ ਹਾਂ, ਸੀਟਾਂ ਵੀ ਬਿਲਕੁਲ ਓਕੇ ਆ ਜੀ, ਨੀਟ ਐਂਡ ਕਲੀਨ ਕਾਰ ਆ। ਲਓ ਜੀ ਵੀਡੀਓ ਤਾਂ ਤੁਸੀਂ ਸਾਰੀ ਦੇਖ ਲਈ ਹੋਣੀ, ਅਤੇ ਹੁਣ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਥੇ ਤੱਕ ਆਪਣੀ ਵੀਡੀਓ ਪਹੁੰਚੀ ਹੈ ਜੀ, ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ। ਸੋ ਵੀਡੀਓ ਨੂੰ ਲਾਈਕ ਕਰ ਦਿਓ ਜਾਂਦੇ ਹੋਏ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਨੀਚੇ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਕਿਹੜੀ ਕਿਹੜੀ ਕਾਰ ਦਾ ਸਟੋਕ ਚਾਹੀਦਾ ਜੀ, ਉਸੇ ਕਾਰ ਦੇ ਅਸੀਂ ਸਟੋਕ ਲੈ ਕੇ ਆ ਜਾਇਆ ਕਰਾਂਗੇ ਜੀ। ਚੰਗਾ ਜੀ, ਮਿਲਾਂਗੇ ਅਗਲੀ ਵੀਡੀਓ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।